जय साईं जी दी जय बाबा मुराद शाह वाली जी रब इक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਨੇਕ ਰੂਹ ਨੂੰ ਸਲਾਮ ਹੈ ਨਿਗਾ ਸਵਾਗਤ ਹੈ ਬਾਬੇਓ ਜੀ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਾ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਮਿਲਦੀ ਰਹੇ ਬਾਬਾ ਜੀ ਸੋ ਗੱਲ ਹਜ਼ਰਤ ਸਾਬਰ ਪਾਕ ਹਜ਼ਰਤ ਸਾਬਰ ਪਾਕ ਕਲੀਅਰ ਸ਼ਰੀਫ ਵਾਲੀ ਸਰਕਾਰ ਉਹਨਾਂ ਦਾ ਇਤਿਹਾਸ ਦਾ ਭਾਗ ਤੀਸਰਾ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਆ ਹੱਕ ਸਾਬਰ ਸੱਚ ਸਾਬਰ ਯਾ ਫਰੀਦ ਯਾ ਸਾਬਰ ਸੋ ਸਰਕਾਰ ਦੇ ਵਿਆਹ ਦਾ ਵਾਕਿਆ ਹੈ ਬਾਬਾ ਜੀ ਜਦੋਂ ਪਾਕ ਪਤਨ ਦੇ ਵਿੱਚ ਸਾਬਰ ਪਾਕ ਜੀ ਦੇ ਮਾਤਾ ਜੀ ਜਾਂਦੇ ਆ ਤੇ ਉਹ ਜਾ ਕੇ ਕਿਉਂਕਿ ਮੁਸਲਮਾਨਾਂ ਦੇ ਵਿੱਚ ਜਿੱ ਤਾਂ ਸਿਰਫ ਜਿਹੜੇ ਕੁੱਖੋਂ ਜੰਮੇ ਭੈਣ ਭਰਾ ਹੁੰਦੇ ਆ ਉਹਨਾਂ ਚ ਨਹੀਂ ਵਿਆਹ ਹੁੰਦਾ ਚਾਚਿਆਂ ਚ ਤਾਇਿਆਂ ਚ ਮਾਮਿਆਂ ਚ ਇਦਾਂ ਵਿਆਹ ਹੋ ਜਾਂਦਾ ਪਾਪਾ ਜੀ ਉਹਨਾਂ ਚ ਤੇ ਉਹ ਜਿਹੜੇ ਸਾਬਰ ਪਾਕ ਜੀ ਦੇ ਮਾਤਾ ਜੀ ਸੀਗੇ ਉਹਨਾਂ ਨੇ ਬਾਬਾ ਫਰੀਦ ਜੀ ਨੂੰ ਕਿਹਾ ਕਿ ਹੁਣ ਸਾਬਰ ਪਾਕ ਜਿਹੜੇ ਨੇ ਉਹ ਵਿਆਹ ਦੇ ਯੋਗ ਹੋ ਗਏ ਨੇ ਉਮਰ ਉਹਨਾਂ ਦੀ ਵਿਆਹ ਯੋਗ ਹੋ ਗਈ ਹੈ ਨਿਕਾਹ ਯੋਗ ਹੋਗੀ ਹੈ ਤੇ ਤੁਸੀਂ ਆਪਣੀ ਜੇ ਲੜਕੀ ਦੀ ਸ਼ਾਦੀ ਬਾਬਾ ਫਰੀਦ ਜੀ ਨੂੰ ਕਹਿੰਦੇ ਕਿ ਤੁਸੀਂ ਆਪਣੀ ਲੜਕੀ ਦੀ ਸ਼ਾਦੀ ਜੇ ਸਾਬਰਪਾਕ ਨਾਲ ਕਰ ਦਿਓ ਤੇ ਬੜੀ ਚੰਗੀ ਗੱਲ ਹੋਵੇਗੀ ਕਿ ਖਦੀਸਾ ਬੇਗਮ ਸੀਗੇ ਉਹਨਾਂ ਦੀ ਲੜਕੀ ਦਾ ਨਾਮ ਇਹਨਾਂ ਨੂੰ ਸ਼ਰੀਫਾ ਵੀ ਕਹਿੰਦੇ ਆ ਤੇ ਉਹਨਾਂ ਨਾਲ ਕਰ ਦਿੱਤੀ ਜਾਵੇ ਤੇ ਬੜੀ ਚੰਗੀ ਗੱਲ ਹੋਵੇਗੀ ਨਿਕਾਹ ਹੋ ਜਾਵੇ ਤਾਂ ਬੜਾ ਚੰਗੀ ਗੱਲ ਹੋਵੇਗੀ ਹੁਣ ਬਾਬਾ ਫਰੀਦ ਜੀ ਨੇ ਉਹ ਸਾਰਾ ਕੁਝ ਜਾਣੀ ਜਾਣ ਸੀਗੇ ਬਾਬਾ ਜੀ ਬਾਬਾ ਫਰੀਦ ਜੀ ਨੂੰ ਸਭ ਕੁਝ ਪਤਾ ਸੀ ਬਾਬਾ ਫਰੀਦ ਜੀ ਨੇ ਆਖਿਆ ਕਿ ਭੈਣੇ ਗੱਲ ਇਹ ਹੈ ਕਿ ਤੁਸੀਂ ਆਪਣੀ ਜਗ੍ਹਾ ਠੀਕ ਕਹਿ ਰਹੇ ਆ ਪਰ ਜਿਹੜੇ ਸਬਰ ਭਾਤਿਆ ਉਹ ਜਲਾਲੀ ਨੇ ਹਰ ਵਕਤ ਰੱਬ ਦੀ ਬੰਦਗੀ ਚ ਰਹਿੰਦੇ ਨੇ ਅੱਲਾਹ ਦੀ ਬੰਦਗੀ ਚ ਰਹਿੰਦੇ ਨੇ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਨੇ ਔਰ ਜਲਾਲ ਦੇ ਵਿੱਚ ਰਹਿੰਦੇ ਨੇ ਤੇ ਅਸੀਂ ਔਰ ਦੁਨੀਆਦਾਰੀ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਇਸ ਰੰਗ ਦੇ ਵਿੱਚ ਨਾ ਪਾਈਏ ਜਿਹੜੇ ਰੰਗ ਦੇ ਵਿੱਚ ਉਹ ਰੰਗੇ ਹੋਏ ਨੇ ਉਸੇ ਰੰਗ 'ਚ ਰਹਿਣ ਦੀ ਹੈ ਕਿ ਉਹਨਾਂ ਦਾ ਨਿਕਾਹ ਨਾ ਕਰੀਏ ਹੁਣ ਇਹ ਗੱਲ ਸੁਣ ਕੇ ਜਿਹੜੇ ਸਾਬਰਪਾਕ ਜੀ ਦੇ ਮਾਤਾ ਜੀ ਸੀ ਉਹ ਕਹਿਣ ਲੱਗੇ ਬਾਬਾ ਫਰੀਦ ਜੀ ਨੂੰ ਕਿ ਸਾਬਰ ਯਤੀਮ ਹੈ ਕਿ ਸਾਬਰਪਾਕ ਜੀ ਦੇ ਸਿਰ ਤੇ ਉਹਨਾਂ ਦੇ ਪਿਤਾ ਜੀ ਦਾ ਹੱਥ ਨਹੀਂ ਹੈ ਕਿਉਂਕਿ ਉਹ ਰੁਕਸਤ ਕਰ ਗਏ ਸੀ ਰੁਕਸਤ ਹੋ ਗਏ ਸੀ ਇਸ ਫਾਨੀ ਦੁਨੀਆ ਤੋਂ ਤੇ ਨਾਲੇ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਸ਼ਾਇਦ ਮਾੜੇ ਆ ਕਿਉਂਕਿ ਉਹਨਾਂ ਨੂੰ ਉਦੋਂ ਇਹਨਾਂ ਰੰਗਾਂ ਦਾ ਖਿਆਲ ਵੀ ਨਹੀਂ ਸੀ ਤੇ ਸ਼ਾਇਦ ਤਾਂ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਤਾਂ ਬਾਬਾ ਫਰੀਦ ਜੀ ਨੂੰ ਕਹਿੰਦੇ ਵੀ ਤੁਸੀਂ ਤਾਂ ਸ਼ਾਇਦ ਸਾਡੇ ਨਾਲ ਰਿਸ਼ਤਾ ਨਹੀਂ ਜੋੜਨਾ ਚਾਹੁੰਦੇ ਕਿ ਸਾਡੇ ਨਾਲ ਆਪਣੀ ਲੜਕੀ ਦਾ ਨਿਕਾਹ ਨਹੀਂ ਕਰਨਾ ਚਾਹੁੰਦੇ ਵੀ ਸਾਬਰਪਾਕ ਜੀ ਨਾਲ ਪਰ ਬਾਬਾ ਫਰੀਦ ਜੀ ਨੂੰ ਸਾਰਾ ਕੁਝ ਪਤਾ ਸੀ ਕਿ ਉਹ ਜਲਾਲੀ ਨੇ ਕਿ ਇਹ ਤਾਂ ਹੋਰ ਕੰਮ ਹੋ ਜੂਗਾ ਬਾਬਾ ਜੀ ਗੱਲ غور ਨਾਲ ਸੁਣਨਾ ਬਾਬਾ ਜੀ ਧਿਆਨ ਨਾਲ ਸੁਣਨਾ ਉਹ ਜਦੋਂ ਹੁਣ ਸਬਰਪਾਰਕ ਸਰਕਾਰਾਂ ਦਾ ਨਿਕਾਹ ਹੋ ਗਿਆ ਚਲੋ ਬਾਬਾ ਫਰੀਦ ਜੀ ਕਹਿੰਦੇ ਵੀ ਜੇ ਤੈਨੂੰ ਇਦਾਂ ਲੱਗਦਾ ਵੀ ਤੇਰੀ ਮੋਜਿਆ ਫਿਰ ਉਹਨਾਂ ਨੇ ਨਿਕਾਹ ਜਦੋਂ ਹੋਇਆ ਕਹਿੰਦੇ ਨਿਕਾਹ ਦੇ ਵਕਤ ਜਦੋਂ ਉਹਨਾਂ ਦੀ ਆਪਸ ਦੇ ਵਿੱਚ ਹੁਣ ਮੁਲਾਕਾਤ ਹੋਈ ਨਿਕਾਹ ਤੋਂ ਬਾਅਦ ਤੇ ਸਬਰਪਾਰਕ ਸਰਕਾਰ ਜੀ ਜਲਾਲ ਦੇ ਵਿੱਚ ਸੀ ਉਸ ਵੇਲੇ ਵੀ ਉਹ ਬੰਦਗੀ ਦੇ ਵਿੱਚ ਮਕਬੂਲ ਸੀ ਮਸ਼ਰੂਫ ਸੀ ਉਹਨਾਂ ਨੇ ਕਿਹਾ ਕਿ ਮੈਂ ਆਗਾ ਤੇ ਮੇਰੇ ਨੇੜੇ ਨਾ ਉਹਨਾਂ ਨੇ ਉਹਨਾਂ ਨੂੰ ਆਖਿਆ ਕਿ ਮੇਰੇ ਨੇੜੇ ਨਾ ਆਇਆ ਇਹਦੀਆਂ ਵੀ ਬਾਬਾ ਜੀ ਦੋ ਗੱਲਾਂ ਨੇ ਪਹਿਲਾਂ ਇਹ ਗੱਲ ਕਿ ਉਹਨਾਂ ਨੇ ਆਖਿਆ ਵੀ ਮੇਰੇ ਨਜ਼ਦੀਕ ਨਾ ਤਾਂ ਉਹ ਕਹਿਣ ਲੱਗੇ ਕਿ ਮੈਂ ਪਾਣੀ ਆ ਕਿ ਮੈਂ ਅੱਗ ਨੂੰ ਠਾਰ ਦਿਆਂਗੀ ਜਿਹੜੇ ਉਹਨਾਂ ਦੇ ਬੇਗਮ ਸੀ ਨੇ ਕਾਜਦੂ ਹੋ ਗਿਆ ਉਹਨਾਂ ਨੇ ਜਦੋਂ ਕਹਿੰਦੇ ਉਹਨਾਂ ਨੂੰ ਇਦਾਂ ਗਲੇ ਦੇ ਵਿੱਚ ਲਿਆ ਆਪਣੀਆਂ ਬਾਹਾਂ ਦੇ ਵਿੱਚ ਲਿਆ ਤਾਂ ਉਸੇ ਵੇਲੇ ਉਹਨਾਂ ਦੇ ਨਾਲ ਟੱਚ ਹੋ ਕੇ ਉਹ ਰਾਖ ਹੋ ਗਏ ਇਹ ਫਕੀਰਾਂ ਦੀ ਸੁਣਾਈ ਹੋਈ ਗੱਲ ਆ ਇਹ ਕਲਿਆਣਪੁਰ ਵਾਲੇ ਜਿਹੜੇ ਬਾਬਾ ਜੀ ਹੈਗੇ ਬਾਬਾ ਮੁਕੰਦਿਨ ਚਾਵੜੀ ਅੱਲਾ ਸਰਕਾਰ ਦੇ ਦਰਬਾਰ ਦੇ ਜਿਹੜੇ ਸੇਵਾਦਾਰ ਇਹ ਉਹਨਾਂ ਨੇ ਸੁਣਾਈ ਸੀ ਗੱਲ ਕਿ ਉਹਨਾਂ ਨੇ ਜਦੋਂ ਆਪਣੀ ਬਾਹਵਾਂ ਦੇ ਵਿੱਚ ਲਿਆ ਤਾਂ ਉਹ ਰਾਖ ਹੋ ਗਏ ਹੁਣ ਇਹਦੇ ਵਿੱਚ ਦੂਜੀ ਗੱਲ ਇਹ ਆ ਬਾਬਾ ਜੀ ਜੋ ਲਿਖਣ ਦੇ ਵਿੱਚ ਆਈ ਹੈ ਜੋ ਪੜ੍ਹਨ ਦੇ ਵਿੱਚ ਜੋ ਲੋਕੀ ਸੁਣਾਉਂਦੇ ਫਕੀਰਾਂ ਨੇ ਸੁਣਾਈ ਜਿਹੜੀ ਗੱਲ ਉਹ ਤਾਂ ਨਾ ਮੈਂ ਸਾਂਝੀ ਕਰתי ਕਿ ਫਕਰਾਂ ਦੀ ਗੱਲ ਸੁਣਾਈ ਇਹ ਆ ਕਿ ਉਹ ਨਕਾਹ ਤੋਂ ਜਦੋਂ ਹੋਇਆ ਤਾਂ ਉਹਨਾਂ ਨੇ ਦੱਬਾਵਾਂ ਗੱਲ ਵਿੱਚ ਪਾਈਆਂ ਤਾਂ ਉਹ ਰਾਖ ਹੋ ਗਏ ਪਰ ਹੁਣ ਜਿਹੜੇ ਆਮ ਲੋਕ ਗੱਲਾਂ ਕਰਦੇ ਆਮ ਲੋਕਾਂ ਦੇ ਵਿੱਚ ਇਹ ਗੱਲ ਸੀਗੀ ਕਿ ਸਰਕਾਰ ਜਦੋਂ ਨਕਾਹ ਹੋ ਗਿਆ ਉਹ ਆ ਕੇ ਆਪਣੇ ਹੁਜ਼ਰੇ ਦੇ ਵਿੱਚ ਚਲੇ ਗਏ ਕਿਉਂਕਿ ਜਲਾਲ ਦੇ ਵਿੱਚ ਰਹਿੰਦੇ ਸੀ ਅੱਲਾ ਦੀ ਮਕਬੂਲ ਮਸ਼ਰੂਫ ਰਹਿੰਦੇ ਸੀ ਅੱਲਾ ਦੀ ਇਬਾਦਤ ਦੇ ਵਿੱਚ ਉਹ ਜਦੋਂ ਕਹਿੰਦੇ ਗਏ ਤਾਂ ਇਬਾਦਤ ਅਜੇ ਆਪਣਾ ਇਬਾਦਤ ਕਰ ਰਿਹਾ ਨਮਾਜ਼ ਅਦਾ ਕਰਕੇ ਉੱਠੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੂੰ ਕੌਣ ਹੈ ਕਿਉਂਕਿ ਉਹ ਨਮਾਜ਼ ਅਦਾ ਕਰ ਰਹੇ ਸੀ ਜਦੋਂ ਨਮਾਜ਼ ਅਦਾ ਕਰਕੇ ਉੱਠੇ ਤਾਂ ਉਹਨਾਂ ਨੇ ਪੁੱਛਿਆ ਵੀ ਤੂੰ ਕੌਣ ਹੈ ਉਹ ਕਹਿੰਦੇ ਵੀ ਮੇਰਾ ਤੁਹਾਡੇ ਨਾਲ ਨਿਕਾਹ ਹੋਇਆ ਹੈ ਤੇ ਸਬਰਪਖ ਸਰਕਾਰ ਇੰਨੇ ਜਲਾਲ ਦੇ ਵਿੱਚ ਸੀਗੇ ਉਸ ਵਕਤ ਵੀ ਉਹਨਾਂ ਨੇ ਆਖਿਆ ਮੇਰੇ ਤੇ ਉਸ ਖੁਦਾ ਦੇ ਵਿੱਚ ਤੀਜਾ ਕੌਣ ਆ ਸਕਦਾ ਹੈ ਗੌਰ ਫਰਮਾਣਾ ਬਾਬਾ ਜੀ ਇੰਨੀ ਜਲਾਲ ਇੰਨੇ ਜਲਾਲ ਦੇ ਵਿੱਚ ਉਹ ਪੀਰ ਸਰਕਾਰਾਂ ਰਹਿੰਦੀਆਂ ਸੀ ਕਹਿੰਦੇ ਮੇਰੇ ਤੇ ਉਸ ਖੁਦਾ ਦੇ ਵਿੱਚ ਤੀਜਾ ਕਿਹੜਾ ਆ ਸਕਦਾ ਤੇ ਜਦੋਂ ਕਹਿੰਦੇ ਇੰਨੀ ਗੱਲ ਕਹੀ ਤਾਂ ਉੱਤੋਂ ਕਹਿੰਦੇ ਇੱਕ ਅੱਗ ਦਾ ਗੋਲਾ ਆਇਆ ਤਾਂ ਉਹਨਾਂ ਨੇ ਉਹਨਾਂ ਦੀ ਲੈ ਵੀ ਨੁ ਪਸਮ ਕਰ ਦਿੱਤਾ ਵੀ ਉਹ ਰਾਖ ਹੋ ਗਏ ਇਹ ਆਮ ਦੁਨੀਆ ਗੱਲ ਸੁਣਾਉਂਦੀ ਹੈ ਫਕੀਰਾਂ ਦੀ ਸੁਣਾਈ ਗੱਲ ਹੋਆ ਕਿ ਜਦੋਂ ਉਹਨਾਂ ਨੇ ਇਦਾਂ ਉਹਨਾਂ ਨੂੰ ਟੱਚ ਕੀਤਾ ਤਾਂ ਉਦੋਂ ਹੀ ਰਾਖ ਹੋ ਗਈ ਕਲੇਵੇ ਬਾਵਾ ਬਾਣ ਦੀ ਕੋਸ਼ਿਸ਼ ਕੀਤੀ ਤਾਂ ਰਾਖ ਹੋ ਗਈ ਹੁਣ ਜਦੋਂ ਇਸ ਗੱਲ ਦਾ ਪਤਾ ਸਾਬਰ پاک ਸਰਕਾਰ ਦੇ ਮਾਤਾ ਜੀ ਨੂੰ ਲੱਗਾ ਤਾਂ ਉਹਨਾਂ ਨੇ ਜਾ ਕੇ ਜਦੋਂ ਹੁਜਰੇ ਦਾ ਦਰਵਾਜ਼ਾ ਖੋਲਿਆ ਤੇ ਸਰਕਾਰ ਆਪਣੀ ਇਬਾਦਤ ਦੇ ਵਿੱਚ ਹੀ ਮਸ਼ਰੂਫ ਸਨ ਕੰਮੀ ਚ ਕੇ ਬਾਤਾਂ ਚੱਲ ਰਹੀਆਂ ਫਕੀਰਾਂ ਦੀਆਂ ਉਹਨਾਂ ਨੇ ਜ਼ੋਰ ਦੀ ਪਿੱਟ ਤੇ ਹੱਥ ਮਾਰ ਕੇ ਆਖਿਆ ਕਿਉਂਕਿ ਮਾਂ ਹੈ ਮਾਂ ਦਾ ਰਤਬਾ ਚਾਹ ਮਾਂ ਕੁਝ ਵੀ ਕਹਿ ਸਕਦੀ ਹੈ ਬੱਚੇ ਸਾਈਂ ਜੀ ਕਹਿੰਦੇ ਹੁੰਦੇ ਸੀ ਲਾਡੀ ਸਾਈਂ ਕਹਿੰਦੇ ਉਹ ਦੇ ਕਹਿੰਦੇ ਕਿ ਜਿਹੜਾ ਮਾਂ ਜਦੋਂ ਫਕੀਰ ਮਾਂ ਦੇ ਕੋਲ ਹੋਵੇ ਨਾ ਤਾਂ ਫਕੀਰ ਅੱਦਾ ਹੋ ਜਾਂਦਾ ਮਾਂ ਦਾ ਰਤਬਾ ਚਾਹ ਕਹਿੰਦਾ ਉਹਨਾਂ ਨੇ ਪਿੱਟ ਤੇ ਜ਼ੋਰ ਨਾਲ ਇਦਾਂ ਮਾਰਿਆ ਤਾਂ ਪੁੱਛਿਆ ਕਿ ਸਾਬਰ ਇਹ ਤੂੰ ਕੀ ਕੀਤਾ ਤੇ ਸਾਬਰਪਾ ਕਲੀਅਰ ਸ਼ਰੀਫ ਵਾਲੀ ਸਰਕਾਰ ਕਹਿਣ ਲੱਗੇ ਬੜੇ ਨਰਮ ਜੇ ਸੁਭਾ ਨਾਲ ਬੜੇ ਮਿੱਠੇ ਜੇ ਸੁਭਾ ਨਾਲ ਕਿ ਅੰਮੀ ਜਾਨ ਇਹਦੇ ਵਿੱਚ ਮੈਂ ਕੁਝ ਨਹੀਂ ਕੀਤਾ ਇਹਦੇ ਚ ਜੋ ਮਰਜ਼ੀ ਹੈ ਉਹ ਉਸ ਪਰਵਰਦੀگار ਦੀ ਹੈ ਉਸ ਪਰਮੇਸ਼ਵਰ ਦੀ ਪਰਮਾਤਮਾ ਦੀ ਉਸ ਅੱਲਾਹ ਦੀ ਮਰਜ਼ੀ ਹੈ ਤੇ ਉਹ ਰੱਬ ਜੋ ਚਾਹੁੰਦਾ ਹੈ ਉਹ ਅੱਲਾਹ ਜੋ ਚਾਹੁੰਦਾ ਹੈ ਉਹ ਪਰਮਾਤਮਾ ਜੋ ਚਾਹੁੰਦਾ ਹੈ ਉਹ ਵਾਹਿਗੁਰੂ ਜੋ ਚਾਹੁੰਦਾ ਹੈ ਉਹ ਕਰ ਦਿੰਦਾ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਮੇਰੇ ਤੇ ਉਸ ਖੁਦਾ ਦੇ ਵਿੱਚ ਉਸ ਅੱਲਾ ਦੇ ਵਿੱਚ ਤੀਜਾ ਕੋਈ ਆ ਨਹੀਂ ਸਕਦਾ ਤੇ ਹੁਣ ਇਸ ਗੱਲ ਦਾ ਜਦੋਂ ਪਤਾ حضرت ਰਹਿਮਤੁલ્લાਹ ਵਾਲੇ ਬਾਬਾ ਫਰੀਦ ਉਹ ਦਿਨ ਗਨ ਸ਼ਕਰ ਸਰਕਾਰ ਨੂੰ ਲੱਗਿਆ ਇਸ ਗੱਲ ਦਾ ਪਤਾ ਹਾਲਾਂਕਿ ਉਹ ਜਾਣੀ ਜਾਣ ਸੀ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਇਹੋ ਜਿਹਾ ਕੁਝ ਕਿ ਇਹੋ ਜਿਹਾ ਕੁਝ ਹੋਣਾ ਪਰ ਉਹਨਾਂ ਨੇ ਆਪਣੀ ਭੈਣ ਨੂੰ ਕਿ ਚਲੋ ਇਹ ਇਹਦੇ ਮਨ ਦੇ ਵਿੱਚ ਇਹ ਮੰਛ ਇਹ ਸੰਸ਼ਾ ਸੀਗਾ ਉਹਨਾਂ ਦੇ ਮਨ ਦੇ ਵਿੱਚ ਕਿ ਅਸੀਂ ਸ਼ਾਇਦ ਮਾਰੇ ਜਾਂ ਸਾਡੇ ਸਿਰ ਤੇ ਹੈ ਨਹੀਂ ਉਹਨਾਂ ਦੇ ਸਾਬਰਪਾਕ ਜੀ ਦੇ ਸਿਰ ਤੇ ਪਿਤਾ ਜੀ ਦਾ ਹੱਥ ਨਹੀਂ ਹੈ ਇਸ ਕਰਕੇ ਨਹੀਂ ਕਰ ਰਹੇ ਤੇ ਉਹਨਾਂ ਨੇ ਨਿਕਾਹ ਕਰ ਦਿੱਤਾ ਯਾਰਾ ਕਿ ਪਤਾ ਸੀ ਉਹਨਾਂ ਨੂੰ ਔਰ ਇਸ ਗੱਲ ਦੀ ਕੋਈ ਦੋਰਾ ਨਹੀਂ ਉਹਨਾਂ ਨੇ ਆਪਣੀ ਭੈਣ ਨੂੰ ਕਿਹਾ ਕਿ ਮੈਂ ਤੈਨੂੰ ਪਹਿਲਾਂ ਹੀ ਇਹ ਗੱਲ ਆਖੀ ਸੀ ਕਿ ਸਾਬਰਪਾਕ ਸਦਾ ਜਲਾਲ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ ਨਿਕਾਹ ਦੀ ਲੋੜ ਨਹੀਂ ਹੈ ਕਿਉਂਕਿ ਉਹ ਰੱਬ ਤੋਂ ਇਲਾਵਾ ਹੋਰ ਕਿਸੇ ਚੀਜ਼ ਵੱਲ ਤੱਕਦੇ ਹੀ ਨਹੀਂ ਤੇ ਇਹ ਗੱਲ ਜਦੋਂ ਹੋਈ ਇਹ ਗੱਲ ਜਦੋਂ ਹੋ ਗਈ ਬਾਬਾ ਜੀ ਤਾਂ ਉਹਨਾਂ ਦੇ ਮਾਤਾ ਜੀ ਨੇ ਕਹਿ ਕੇ ਰਿਸ਼ਤਾ ਲਿਆ ਸੀ ਹੱਠ ਕਰਕੇ ਰਿਸ਼ਤਾ ਲਿਆ ਸੀ ਫਕੀਰਾਂ ਕੋਲ ਕਦੇ ਹੱਠ ਨਹੀਂ ਕਰਨਾ ਚਾਹੀਦਾ ਫਕੀਰਾਂ ਕੋਲ ਹੱਠ ਕਰਕੇ ਨਾ ਭੈਣ ਸੀ ਭੈਣ ਸੀ ਲੈ ਈ ਭਰਾ ਨੇ ਮਨਾ ਨਹੀਂ ਕੀਤਾ ਵੀ ਚੱਲ ਠੀਕ ਜੇ ਤੈਨੂੰ ਲੱਗਦਾ ਤਾਂ ਫਿਰ ਤੇਰੀ ਮਰਜ਼ੀ ਹਾਲਾਂਕਿ ਉਹ ਜਾਣਦੇ ਸੀ ਤਾਂ ਉਹ ਜਦੋਂ ਇਹ ਗੱਲ ਹੱਠ ਕਰਕੇ ਲਈ ਹੁਣ ਦਿਲ ਨੂੰ ਤਾਂ ਠੋਕਰ ਲੱਗਣੀ ਸੀ ਕਿ ਮੈਂ ਉਹ ਆਪਣੇ ਭਰਾ ਦੀ ਵੀ ਕੁੜੀ ਚੱਲ ਵਸੀ ਹੈ ਨਾ ਤੇ ਮੇਰੇ ਹੁਣ ਅੱਲਾਹ ਦੀ ਜੋ ਮਰਜ਼ੀ ਸੀ ਉਹਦੇ ਵਿੱਚ ਹੋ ਗਿਆ ਕੰਮ ਤਾਂ ਉਹ ਰਾਗ ਪਈ ਦੁਲਹਨ ਨੂੰ ਵੇਖ ਕੇ ਦੇਖਿਆ ਜਦੋਂ ਸਦਵੇਂ ਦੇ ਨਾਲ ਹੀ ਉਹਨਾਂ ਦੇ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ ਦੁਨੀਆ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਉੱਥੇ ਹੀ ਉਹ ਪੂਰੇ ਹੋ ਗਏ ਦੁਨੀਆ ਤੋਂ ਰੁਖਸਤ ਹੋ ਗਏ ਅਲਵਿਦਾ ਕਹਿ ਗਏ ਇਸ ਫਾਨੀ ਦੁਨੀਆ ਨੂੰ ਇਹ ਸੀਗਾ ਸਰਕਾਰ حضرت ਰਹਿਮਤੁલ્લાਹ ਅਲੇ ਸਬਰਪਾਕ ਅਲੀ ਅਹਿਮਦ ਮਖਦੂਮ ਅਲਾਉਦੀਨ ਅਲੀ ਅਹਿਮਦ ਸਾਬਰਪਾਕ ਕਲੀਅਰ ਸ਼ਰੀਫ ਵਾਲੀ ਸੱਚੀ ਸਰਕਾਰ ਜੀ ਦਾ ਜਲਾਲੀ ਵਾਕਿਆ ਸੀ ਪਾਪਾ ਜੀ ਉਹ ਕਹਿੰਦੇ ਸੀ ਕਿ ਮੇਰੇ ਤੇ ਉਸ ਅੱਲਾ ਦੇ ਵਿੱਚ ਤੀਜਾ ਕੋਈ ਆ ਹੀ ਨਹੀਂ ਸਕਦਾ ਤਾਂ ਹੀ ਜਿਹੜੇ ਲੋਕ ਦੁਖੀ ਹੁੰਦੇ ਆ ਕੋਈ ਤੀਸਰੀ ਚੀਜ਼ ਹੁੰਦੀ ਆ ਕੋਈ ਜ਼ਿੰਦਗੀ ਦੇ ਵਿੱਚ ਕੋਈ ਐਸੀ ਹਵਾ ਹੁੰਦੀ ਆ ਤਾਂ ਉਹ ਉੱਥੇ ਜਾ ਕੇ ਫਿਰ ਕਹਿੰਦੇ ਉਹਦਾ ਨਾਸ ਹੋ ਜਾਂਦਾ ਨਾਸ ਹੋ ਜਾਂਦਾ ਉਸ ਥਾਂ ਤੇ ਜਾ ਕੇ ਤੇ ਸਰਕਾਰਾਂ ਦੀ ਮੋਜ ਹੈ ਬਾਬਾ ਜੀ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਚੌਥਾ ਪਾਗ ਸਾਂਝਾ ਕਰਾਂਗੇ ਜਿਦੇ ਵਿੱਚ ਦੱਸਾਂਗੇ ਕਿ ਬਾਬਾ ਫਰੀਦ ਸਰਕਾਰ ਜੀ ਨਾਲ ਕਿੱਦਾਂ ਉਹਨਾਂ ਦੇ ਬੈਤ ਹੋਏ ਕਿੱਦਾਂ ਮੇਲ ਹੋਇਆ ਕਿੱਦਾਂ ਉਹਨਾਂ ਨੇ ਚੇਲਾ ਹੋਇਆ ਸਾਰਾ ਕੁਝ ਉਹ ਗੱਲ ਕਰਾਂਗੇ ਬਾਬਾ ਜੀ ਸੋ ਸਾਰਿਆਂ ਨੂੰ ਸਲਾਮ ਹੈ ਜੈ ਸਾਈਂ ਜੀ ਦੀ ਜੈ ਬਾਬਾ ਮਰਦ ਸ਼ਾਹ ਵਲੀ ਜੀ ਹੱਕ ਮੁਰਸ਼ਦ ਸੱਚ ਮੁਰਸ਼ਦ ਯਾ ਸਾਦਰ ਯਾ ਫਰੀਦ ਸਾਰਿਆਂ ਦਾ ਭਲਾ ਕਰਨ ਸਾਈਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਬਾਬਿਓ ਜੇ ਕੋਈ ਗੱਲ ਸੁਣਾਉਂਦੇ ਗਲਤੀ ਹੋ ਜਾਂਦੀ ਮਾਫੀ ਦਾ ਹੱਕ ਤਾਂ ਨਹੀਂ ਸਭ ਨੂੰ ਸਲਾਮ